ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਹਰਜਸ ਨੀਟਿੰਗ 'ਤੇ। ਅੱਜ ਮੈਂ ਲੇਡੀਜ਼ ਕੋਟੀ ਵਾਸਤੇ ਸਿੱਧੀਆਂ ਲਸਰਾਂ ਵਾਲਾ ਇੱਕ ਡਿਜ਼ਾਇਨ ਲੈ ਕੇ ਆਈ ਹਾਂ, ਅਤੇ ਜੇਕਰ ਕਿ ਤੁਹਾਨੂੰ ਇਹ ਡਿਜ਼ਾਇਨ ਪਸੰਦ ਆਵੇ ਤਾਂ ਇਸਨੂੰ ਲਾਈਕ ਕਰਿਓ ਜੀ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਅਤੇ ਆ ਪਹਿਲੇ 2 ਕੁੰਡੇ ਮੈਂ ਪੁੱਠੇ ਪਾ ਲਏ ਆ, ਹੁਣ ਵਿੱਚ ਵੇਲਾਂ ਦੇ 3-3 ਕੁੰਡਿਆਂ ਦਾ ਗੈਪ ਰੱਖਣਾ ਹੈਗਾ। ਮਤਲਬ ਵੀ ਇਹ 3-3 ਕੁੰਡੇ ਵਿੱਚ ਰੱਖਣੇ, 3 ਸਿੱਧੇ 3 ਪੁੱਠੇ, 3 ਸਿੱਧੇ 3 ਪੁੱਠੇ, ਇਸ ਤਰ੍ਹਾਂ। ਲੇਕਿਨ ਸਾਈਡ ਵਿੱਚ ਮੈਂ 2-2 ਕੁੰਡੇ ਰੱਖੇ ਆ ਪੁੱਠੇ, ਇਸ ਤਰ੍ਹਾਂ। ਹੁਣ ਆ 3 ਕੁੰਡੇ ਸਿੱਧੇ ਆ, 1, 2, 3, 2 ਕੁੰਡੇ ਛੱਡ ਕੇ ਤੀਸਰਾ ਕੁੰਡਾ ਆ, ਇਸ ਨੂੰ ਇਸ ਤਰ੍ਹਾਂ ਉੱਪਰ ਦੀ ਉਲਟਾਉਣਾ ਹੈ। ਔਰ ਇੱਦਾਂ ਪਹਿਲਾ ਕੁੰਡਾ ਬੁਣ ਕੇ ਸਿੱਧਾ ਧਾਗਾ ਅੱਗੇ ਲਿਆ ਕੇ ਦੂਸਰਾ ਕੁੰਡਾ ਵੀ ਸਿੱਧਾ ਹੀ ਬੁਣ ਲੈਣਾ, ਇੱਕ ਜਾਲੀ ਬਣ ਜਾਏਗੀ। ਔਰ ਧਾਗਾ ਅੱਗੇ ਲਿਆ ਕੇ 3 ਕੁੰਡੇ ਪੁੱਠੇ, 1, 2, 3, ਫਿਰ ਪਹਿਲਾਂ ਦੀ ਤਰ੍ਹਾਂ ਇਸੇ ਤਰ੍ਹਾਂ ਪਹਿਲਾ ਕੁੰਡਾ ਬੁਣ ਕੇ 1 ਜਾਲੀ, ਇਸ ਤਰ੍ਹਾਂ ਇਹ 3 ਕੁੰਡੇ ਸਿੱਧੇ ਸੀ, 3 ਹੀ ਹੋ ਗਏ ਆ। ਪੁੱਠੀ ਸਿਲਾਈ ਦੇ ਵਿੱਚ ਪੁੱਠਿਆਂ ਦੇ ਉੱਪਰ ਪੁੱਠੇ ਔਰ ਸਿੱਧਿਆਂ ਦੇ ਉੱਪਰ ਸਿੱਧੇ ਇਸ ਤਰ੍ਹਾਂ ਬਣਾਉਣੇ ਆ। ਅਗਲੀ ਸਿਲਾਈ ਹੈ ਸਿੱਧੀ, ਪਹਿਲਾ ਕੁੰਡਾ ਪੁੱਠਾ ਬੁਣ ਲਿਆ, ਧਾਗਾ ਪਿੱਛੇ ਲੈ ਜਾਣਾ, 1 ਕੁੰਡਾ ਪੁੱਠਾ ਔਰ 1 ਸਿੱਧਾ, ਸਿੱਧੇ ਕੁੰਡੇ ਨੂੰ ਉੱਪਰ ਰੱਖਦਿਆਂ ਹੋਇਆ ਇਸ ਤਰ੍ਹਾਂ 2 ਦਾ 1 ਕਰ ਲਿਆ। ਧਾਗਾ ਅੱਗੇ ਲਿਆ ਕੇ 1 ਜਾਲੀ ਬਣਾਈ, 1 ਕੁੰਡਾ ਸਿੱਧਾ ਬਣ ਗਿਆ, ਧਾਗਾ ਅੱਗੇ ਲਿਆ ਕੇ ਫਿਰ 1 ਕੁੰਡਾ ਸਿੱਧਾ ਔਰ 1 ਪੁੱਠਾ, ਇਹਨਾਂ ਦੋਨਾਂ ਨੂੰ ਇਸ ਤਰ੍ਹਾਂ ਇਕੱਠਿਆਂ ਬੁਣਦਿਆਂ ਹੋਇਆ 2 ਦਾ 1, 1 ਜਾਲੀ, ਸਿੱਧਾ ਕੁੰਡਾ ਉੱਪਰ, ਇੱਦਾਂ ਵਿਚਾਲੇ 1 ਕੁੰਡਾ ਪੁੱਠਾ ਰਹਿ ਜਾਏਗਾ। ਇੱਕ ਕੁੰਡਾ ਸਿੱਧਾ, ਹੁਣੇ 5, 2, 3, 4, 5 ਪੁੱਠੇ, ਉਹਨਾਂ ਕੁੰਡਾ ਵੀ ਪੁੱਠਾ ਹੋ ਗਿਆ, ਉਹਨਾਂ 3 ਕੁੰਡੇ ਸਿੱਧੇ ਆ। ਦੋ ਤਿੰਨ ਇੱਕ ਦੋ ਤਿੰਨ ਫਿਰ 1, 2, 3 ਅਗਲੀ ਸਿਲਾਈ ਵੀ ਇਸੇ ਤਰ੍ਹਾਂ ਹੀ, ਸਿੱਧਿਆਂ ਦੇ ਉੱਪਰ ਸਿੱਧੀ ਔਰ ਪੁੱਠਿਆਂ ਦੇ ਉੱਪਰ ਪੁੱਠੇ ਪੈਣੇ ਆ। ਤਿੰਨ ਪੁੱਠੇ 3 ਸਿੱਧੇ,
ਮੇਰਾ ਤਿੰਨ ਕੁੰਡੇ ਹੈ ਇਹ ਪਹਿਲਾਂ ਦੀ ਤਰ੍ਹਾਂ ਇਸ ਤਰ੍ਹਾਂ ਉਲਟਾ ਕੇ ਫਿਰ ਤੋਂ ਡਿਜ਼ਾਇਨ ਸ਼ੁਰੂ ਹੋ ਜਾਏਗਾ ਇੱਦਾਂ ਅਤੇ ਇਸੇ ਤਰ੍ਹਾਂ ਹੀ ਅੱਗੇ ਡਿਜ਼ਾਇਨ ਇਸ ਤਰ੍ਹਾਂ ਬਣ ਜਾਣਾ ਪਹਿਲਾਂ ਦੀ ਤਰ੍ਹਾਂ ਹੀ ਇਹ ਪੁੱਠੇ ਕੁੰਡੇ ਘੱਟਦੇ ਜਾਣਗੇ ਸਿੱਧੇ ਕੁੰਡੇ ਇਸ ਤਰ੍ਹਾਂ ਬਣ ਜਾਣਗੇ ਅਤੇ ਬਣਿਆ ਹੋਇਆ ਡਿਜ਼ਾਇਨ ਇਹ ਇਸ ਤਰ੍ਹਾਂ ਦਾ ਲੱਗਦਾ ਦੇਖੋ ਜੀ ਅਤੇ ਜੇ ਕਰਕੇ ਤੁਹਾਨੂੰ ਇਹ ਡਿਜ਼ਾਇਨ ਪਸੰਦ ਆਇਆ ਹੋਵੇ ਤਾਂ ਇਸ ਨੂੰ ਲਾਈਕ ਕਰਨਾ ਜੀ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਹੈ ਜੀ